What is goodwill and how to be a calculate the goodwill? This is class twelfth commerce part, accountancy's third chapter. Goodwill. As we discuss, goodwill hundi how to calculate it. What are the types of the goodwill and factors affecting to the goodwill? These are the some kinds of the topic which has been discussing in this video. I am Swindh Kumar. I am your twitter We have to be are taught to the what. ਇਜ਼ ਯਰ ਗੁੱਡਵਿਲ ਐਂਡ ਹਾਊ ਇਟ ਇਜ਼ ਇਫੈਕਟ ਆਵਰ ਬਿਜ਼ਨਸ ਵੀ ਅਸੀਂ ਅੱਜ ਦੇ ਵਿੱਚ ਡਿਸਕਸ ਕਰਾਂਗੇ ਵੀ ਇੱਕ ਸਾਖ ਜਿਹਨੂੰ ਪੰਜਾਬੀ ਦੇ ਵਿੱਚ ਸਾਖ ਕਿਹਾ ਜਾਂਦਾ ਵੀ ਸਾਖ ਕੀ ਹੁੰਦੀ ਹੈ ਤੇ ਸਾਖ ਕਿਸ ਤਰੀਕੇ ਨਾਲ ਕੈਲਕੂਲੇਟ ਹੁੰਦੀ ਹੈ ਇਹ ਸਾਰੀਆਂ ਚੀਜ਼ਾਂ ਦੇ ਬਾਰੇ ਅੱਜ ਅਸੀਂ ਡਿਸਕਸ ਕਰਾਂਗੇ ਦੇਖੋ ਸਟਾਰਟ ਕਰਦੇ ਹਾਂ ਫਸਟ ਆਫ ਆਲ ਇਹਦੇ मीनिंग ਤੋਂ ਵੀ ਵਾਟ ਡੂ ਯੂ ਮੀਨ ਬਾਈ ਦੀ ਅ ਗੁੱਡਵਿਲ ਜੇ ਗੁੱਡਵਿਲ ਇਜ਼ ਅ ਇਨਟੈਂਜੀਬਲ ਐਸੈਟ ਥੈਟ ਐਸੋਸੀਏਟ ਵਿਦ ਦੀ ਅ ਪਰਚੇਸ ਆਫ ਦੀ ਅ ਵਨ ਕੰਪਨੀ অর ਅਨਦਰ ਹੀ ਅ ਵੈਲਿਊ ਆਫ ਦੀ ਅ ਕੰਪਨੀ ਬ੍ਰਾਂਡ ਨੇਮ ਸੋਲਡ ਸੋਲਿਡ ਕਸਟਮਰ ਬੇਸ ਗੁੱਡ ਕਸਟਮਰ ਰਿਲੇਸ਼ਨ ਗੁੱਡ employees relation and proprietary technology representing their some reason why their goodwill is exist ਇਹ ਗੁੱਡਵਿਲ ਕੀ ਹੁੰਦੀ ਹੈ ਇੱਕ ਤਰ੍ਹਾਂ ਦੀ ਸਾਖ ਹੁੰਦੀ ਹੈ ਜਿਹਨੂੰ ਅਸੀਂ ਟੱਚ ਨਹੀਂ ਕਰ ਸਕਦੇ ਕੁਝ ਅਜਿਹੀ ਐਸਰ ਜਿਹਨੂੰ ਟੱਚ ਨਹੀਂ ਕਰ ਸਕਦੇ ਜਿਵੇਂ ਕੰਪਨੀ ਦਾ ਨਾਮ ਹੋ ਗਿਆ ਫਾਰ ਐਗਜ਼ਾਮਪਲ ਰਿਲਾਇੰਸ ਠੀਕ ਹੈ ਰਿਲਾਇੰਸ ਇੰਡਸਟਰੀ ਟਾਟਾ ਇੰਡਸਟਰੀ ਥੀਸ ਆਰ ਗੁੱਡਵਿਲ ਹਨਾ ਗੁੱਡਵਿਲ ਹੈ ਨਾਮ ਅਗੇ ਸੀ ਚੀਜ਼ ਦਾ ਬਟ ਇਹ ਫੇਮਸ ਐਸੇ ਚੀਜ਼ ਦੇ ਲਈ ਤਾਂ ਇਹਨੂੰ ਅਸੀਂ ਕੀ ਕਹਿ ਦਿੰਨੇ ਆ ਗੁੱਡਵਿਲ ਕਹਿ ਦਿੰਨੇ ਆ ਦੈਨ ਇਟ ਇਜ਼ ਆਲਸੋ ਮਈਅਰ ਇਨਟੂ ਦੀ ਫਾਰਮ ਆਫ ਮਨੀ ਇਹਨੂੰ ਮਈਅਰ ਕੀਤਾ ਜਾ ਸਕਦਾ ਮਨੀ ਦੀ ਫਾਰਮ ਦੇ ਵਿੱਚ ਜਿਵੇਂ ਨੈਟ ਫੇਅਰ ਵੈਲਿਊ ਆਫ ਆਇਡੈਂਟੀਟੀ ਆਫ ਐਸਟ ਜਾਨ ਕਿ ਗੁੱਡਵਿਲ ਨੂੰ ਪਲੱਸ ਕਰਕੇ ਅਸੀਂ ਜਿਹੜੀ ਆ ਉਹਦੀ ਪਰਚੇਸ ਵੈਲਿਊ ਕਰਦੇ ਆ ਵੀ ਇੱਕ ਕੰਪਨੀ ਨੂੰ ਜਦੋਂ ਅਸੀਂ ਕਦੀ ਖਰੀਦਣਾ ਹੋਵੇ ਵਿਦ ਉਹਦੇ ਨਾਮ ਦੇ ਨਾਲ ਤਾਂ ਸਾਨੂੰ ਉਹਦੇ ਵੀ ਪੈਸੇ ਦੇਣੇ ਪੈਂਦੇ ਆ ਜਦੋਂ ਅਸੀਂ ਉਹਦੇ ਨਾਮ ਦੇ ਨਾਲ ਉਸ ਚੀਜ਼ ਨੂੰ ਖਰੀਦਦੇ ਆ ਕਿਉਂਕਿ ਉਹਦਾ ਮਾਰਕੀਟ ਦੇ ਵਿੱਚ ਇੱਕ ਨਾਮ ਜਿਹੜਾ ਚੱਲ ਰਿਹਾ ਵਾ ਜੇਕਰ ਅਸੀਂ ਆਪਣਾ ਨਵਾਂ ਨਾਮ ਲੈਣਾ ਹੋਵੇ ਤਾਂ ਅਸੀਂ ਗੁੱਡਵਿਲ ਨਹੀਂ ਖਰੀਦਦੇ ਹੁੰਦੇ ਜਸਟ ਉਹਦੀਆਂ ਜਿਹੜੀਆਂ ਹੋਰ ਐਸੈਟਸ ਹੋਣਗੀਆਂ ਉਹ ਖਰੀਦ ਕੇ ਅਸੀਂ ਉਹ ਕੰਪਨੀ ਖਰੀਦ ਲੈਣੇ ਆ ਤੇ ਅਸੀਂ ਆਪਣਾ ਜਿਹੜਾ ਨਵਾਂ ਨਾਮ ਜਿਹੜਾ ਉਸ ਕੰਪਨੀ ਦਾ ਰੱਖ ਦਿੰਨੇ ਆ ਤਾਂ ਇਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਇਹਨੂੰ ਅਸੀਂ ਕੀ ਕਹਿ ਦਿੰਨੇ ਆ ਗੁੱਡਵਿਲ ਕਹਿ ਦਿੰਨੇ ਆ ਗੁੱਡਵਿਲ ਜਿਹੜੀ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਵੱਡੀਆਂ-ਵੱਡੀਆਂ ਫਰਮਸ ਜਿਹੜੀਆਂ ਹੁੰਦ ਨੇ ਆਪਣਾ ਨੇਮ ਸਮੇਤ ਹੀ ਆਪਣੀ ਜਿਹੜੀ ਐਸੈਟਸ ਨੇ ਉਹਨੂੰ ਸੇਲ ਆਊਟ ਕਰਦੇ ਹੁੰਦੇ ਆ ਤਾਂ ਉਹਦੀ ਵੀ ਇੱਕ ਵੈਲਿਊ ਬਣਦੀ ਹੁੰਦੀ ਆ ਨੇਮ ਫਰੇਮ ਦੀ ਥੈਟ 윌 ਬੀ ਅ ਚਾਰਜ ਅਕੋਰਡਿੰਗ ਟੂ ਅਕੋਰਡਿੰਗ ਟੂ ði ਮਾਰਕੀਟ ਵੀ ਇਹ ਮਾਰਕੀਟ ਦੇ ਅਕੋਰਡਿੰਗ ਜਿਹੜੀ ਆ ਉਹ ਗੁੱਡਵਿਲ ਦੀ ਪ੍ਰਾਈਸ ਜਿਹ ਹੁੰਦੀ ਕੀ ਹੈ ਗੁੱਡਵਿਲ ਦੇ ਕਿਹੜੇ ਕਿਹੜੇ ਰਿਸੋਰਸ ਹੁੰਦੇ ਆ ਦੇਖੋ ਗੁੱਡਵਿਲ ਕਿੰਨੇ ਤਰ੍ਹਾਂ ਦੀ ਹੁੰਦੀ ਆ ਇੱਕ ਹੁੰਦੀ ਆ ਪਰਸਨਲ ਗੁੱਡਵਿਲ ਇੱਕ ਬੰਦੇ ਦਾ ਨਾਮ ਕਮਾਇਆ ਹੁੰਦਾ ਵਾ ਇੱਕ ਹੁੰਦਾ ਵਾ انٹرਪ੍ਰਾਈਜ਼ਸ ਗੁੱਡਵਿਲ ਵੀ ਜਿਹਦੇ ਕੰਪਨੀ ਦਾ ਨਾਮ ਕਮਾਇਆ ਹੁੰਦਾ ਜਾਂ ਆਇਡੈਂਟੀਟੀ ਆਫ ਇਨਟੈਂਜੀਬਲ ਐਸੈਟ ਵੀ ਇਹ ਇੱਕ ਇਨਟੈਂਜੀਬਲ ਐਸੈਟ ਹੁੰਦੀ ਆ ਜਿਹਨੂੰ ਅਸੀਂ ਟੱਚ ਨਹੀਂ ਕਰ ਸਕਦੇ ਬਸ ਜਸਟ ਇਹਦਾ ਨਾਮ ਉਹਦਾ ਚੱਲੀ ਜਾਂਦਾ ਹੁੰਦਾ ਨੈਟਵਰਕਿੰਗ ਕੈਪੀਟਲ ਵੀ ਇਹ ਜਿਹੜੀ ਚਲ ਲਗਾਈ ਹੋਈ ਪੈਸੇ ਨੇ ਉਹਦੇ ਵਿੱਚ ਵੀ ਇਹਦੀ ਵੈਲਿਊ ਹੁੰਦੀ ਆ ਤੇ ਅੱਗੇ ਬਾਕੀ ਜਿਹੜਾ ਹਿੱਸਾ ਬਣ ਜਾਂਦਾ ਉਹ ਕੀ ਆ ਟੈਂਜੀਬਲ ਐਸ ਹੁਣ ਦੇਖੋ ਕੀ ਆ ਵੀ ਇਹ ਗੁੱਡਵਿਲ ਕੀ ਆ ਇੱਕ ਅਕਾਊਂਟ ਦੇ ਵਿੱਚ ਆਉਂਦੀ ਆ ਇਹ ਇੱਕ ਇਨਟੈਂਜੀਬਲ ਐਸੈਟ ਇਨਟੈਂਜੀਬਲ ਐਸੈਟ ਹੁੰਦੀ ਆ ਜਦੋਂ ਕੋਈ ਬਾਏਰ ਕੀ ਆ ਐਗਜ਼ਿਸਟਿੰਗ ਬਿਜ਼ਨਸ ਨੂੰ ਖਰੀਦਾ ਵਾ ਤਾਂ ਉਹਨੂੰ ਉਹਦੀ ਗੁੱਡਵਿਲ ਵੀ ਖਰੀਦਣੀ ਪੈਂਦੀ ਆ ਗੁੱਡਵਿਲ ਰਿਪਰੈਜ਼ੈਂਟਿੰਗ ਐਸੈਟ ਆਰ ਨਾਟ ਟੂ ਬੀ ਅ ਸੈਪਰੇਟ ਆਇਡੈਂਟੀਟੀ ਵੀ ਇਹ ਕੋਈ ਸੈਪਰੇਟ ਆਇਡੈਂਟੀਟੀ ਨਹੀਂ ਹੈਗੀ ਇਹ ਇੱਕ ਇੱਕ ਚੀਜ਼ ਦਾ ਨਾਮ ਹੁੰਦਾ ਜਿਹੜਾ ਕਿ ਉਸੇ ਤਰੀਕੇ ਨਾਲ ਚੱਲਿਆ ਆਉਂਦਾ ਗੁੱਡਵਿਲ ਡਸ ਨਾਟ ਇਨਕਲੂਡ ਟੂ ði ਆਇਡੈਂਟੀਫਾਈ ਐਸੈਟਸ ਵੀ ਜਿਹੜੀਆਂ ਅਸੀਂ ਆਇਡੈਂਟੀਫਾਈ ਕਰ ਸਕਦੇ ਐਸੈਟ ਜਿਵੇਂ ਕਾਰ ਮੋਟਰ it capable being to the separate or divide from to the identity and transfer license rented exchange either individual or together with their relating contractor identifiable assets or liability kande inna to bina hundi hai jide vich asi ki hundi hai kisi person di identity ya kisi person di identity hundi hai yani ki oda naam frame ਜਿਹੜਾ ਹੁੰਦਾ ਵਾ ਵਿਦਆਊਟ ਦੂਸਰੀ ਐਸੈਟ ਜਿਵੇਂ ਕਾਰ ਬਾਈਕ ਬਿਲਡਿੰਗ ਹੋਰ ਸਾਰੀਆਂ ਚੀਜ਼ਾਂ ਨੂੰ ਛੱਡ ਕੇ ਇਹਨੂੰ ਅਲੱਗ ਤੋਂ ਚਾਰਜ ਕੀਤਾ ਜਾਂਦਾ ਹੈ ਕੋਈ ਕੰਟਰੈਕਚੁਅਲ ਨਹੀਂ ਹੁੰਦੀ ਇਹਨੂੰ ਕਿਸੇ ਕੰਟਰੈਕਟ ਦੇ ਵਿੱਚ ਇਨਕਲੂਡ ਨਹੀਂ ਕੀਤਾ ਜਾਂਦਾ ਇਟਸ ਚੋਇਸ ਅਪਨ ਟੂ ði ਪਰਸਨ ਇੱਕ ਪਰਸਨ ਦੇ ਉੱਤੇ ਬੇਸਡ ਹੁੰਦੀ ਹੈ ਵੀ ਇੱਕ ਪਰਸਨ ਜਿਹੜਾ ਉਹਨੂੰ ਖਰੀਦਣਾ ਚਾਹੁੰਦਾ ਕਿ ਨਹੀਂ ਖਰੀਦਣਾ ਚਾਹੁੰਦਾ ਉਸ ਚੀਜ਼ ਉੱਤੇ ਬੇਸਡ ਹੁੰਦੀ ਹੈ ਇਹ ਗੁੱਡਵਿਲ ਜੇਕਰ ਅਸੀਂ ਉਹਨੂੰ ਖਰੀਦਦੇ ਹਾਂ ਤਾਂ ਸਾਨੂੰ ਪੈਸੇ ਪੇ ਕਰਨੇ ਪੈਂਦੇ ਆ ਤਾਂ ਅਸੀਂ ਉਸ ਕੰਪਨੀ ਦਾ ਨਾਮ ਜਿਹੜਾ ਉਹ ਚਲਾ ਸਕਦੇ ਆ ਜਿਵੇਂ ਫਾਰ ਐਗਜ਼ਾਮਪਲ ਜਿਵੇਂ ਇੱਕ ਪਿੱ ਇਹ ਦੋ ਹੀ ਟੁਗੇਦਰ ਕੰਪਨੀਆਂ ਸੀਗੀਆਂ ਇਹਨਾਂ ਦੀ ਗੁੱਡਵਿਲ ਜਿਹੜੀ ਸੀ ਉਹ ਦੋਹਾਂ ਦੀ ਇਕੱਠੀ ਬਣੀ ਹੋਈ ਸੀ ਫਿਰ ਇਹ ਕੰਪਨੀਆਂ ਜਿਹੜੀਆਂ ਨੇ ਹੁਣ ਅਲੱਗ-ਅਲੱਗ ਹੋ ਗਈਆਂ ਤਾਂ ਹੁਣ ਇਹਨਾਂ ਨੇ ਆਪਣਾ ਦੋਹਾਂ ਦਾ ਇਕੱਠਾ ਨਾਮ ਨਹੀਂ ਯੂਜ਼ ਕਰ ਸਕਦੇ Honda ਅਲੱਗ ਤੋਂ ਯੂਜ਼ ਕਰਦੀ ਹੈ Hero ਅਲੱਗ ਤੋਂ ਯੂਜ਼ ਕਰਦੀ ਹੈ ਤਾਂ ਇਹ ਕੀ ਹੈ ਜਦੋਂ ਇਹ ਬਿਨਸ ਜਿਹੜਾ ਵਾ ਅਲੱਗ ਹੋਇਆ ਤਾਂ ਇਹਦੇ ਨਾਲ ਕੀ ਹੈ ਨਾਮ ਜਿਹੜੇ ਨੇ ਉਹਨਾਂ ਨੇ ਆਪਣੇ-ਆਪਣੇ ਲੈ ਲਏ ਦੋਹੀ ਇਕੱਠੇ ਨਾਮ ਨਹੀਂ ਯੂਜ਼ ਕਰ ਸਕਦੇ ਇੱਕ ਦੂਜੇ ਦਾ ਜੇਕਰ ਉਹਨਾਂ ਦੋਹਾਂ ਨੇ ਇਕੱਠਾ ਯੂਜ਼ ਕਰਨਾ ਤਾਂ ਜਾਂ ਤਾਂ Hero ਨੂੰ Honda ਖਰੀਦਣੀ ਪਊ ਜਾਂ Honda ਨੂੰ Hero ਖਰੀਦਣਾ ਪਊ ਨਾਮ ਤਾਂ ਹੀ ਉਹ ਕੰਮ ਕਰ ਸਕਦੇ ਆ ਉਸ ਤੋਂ ਬਾਅਦ ਦੇਖੋ ਕਿ ਆ ਫੈਕਟਰ ਆਫ ਡਿਟਰਮਿੰਗ ði ਗੁੱਡਵਿਲ ਗੁੱਡਵਿਲ ਨੂੰ ਮੈਜ਼ਰ ਕਰਨ ਦਾ ਵੀ ਉਹਦੇ ਪੈਸੇ ਕਿੰਨੇ ਦੇਣੇ ਪੈਣਗੇ ਤਾਂ ਉਹਨੂੰ ਮੈਜ਼ਰ ਕਰਨ ਦੇ ਕਈ ਫੈਕਟਰ ਹੁੰਦੇ ਆ ਜਿਵੇਂ ਫਸਟ ਹੈਗਾ ਨੇਚਰ ਆਫ ਬਿਨਸ ਸਾਨੂੰ ਪਹਿਲਾਂ ਇਹ ਲਿਖਣਾ ਪਊ ਵੀ ਸਾਡਾ ਬਿਨਸ ਕਿਹਜਾ ਜੇਕਰ ਮੇਰਾ ਬਿਨਸ ਕੁਛ ਅਜਿਹੇ ਆਵਾ ਜਿਦੀ ਮੈਂ ਆਪਣੇ ਆਪ ਦੁਆਰਾ ਵੀ ਉਹਦੀ ਜਿਹੜੀ ਮਾਰਕੀਟ ਵੈਲਿਊ ਉਹ ਬਣਾ ਸਕਦਾ ਤਾਂ ਤਾਂ ਫਿਰ ਮੈਨੂੰ ਉਹ ਬਿਜ਼ਨਸ ਦੇ ਵਿੱਚ ਜਿਹੜੀ ਗੁੱਡਵਿਲ ਲੈਣ ਦੀ ਲੋੜ ਹੀ ਨਹੀਂ ਹੈਗੀ ਬਟ ਕੁਝ ਅਜਿਹਾ ਬਿਜ਼ਨਸ ਆ ਜਿਹਦੇ ਵਿੱਚ ਕੀ ਆ ਉਸ ਪਰਸਨ ਨੇ ਜਿਹੜਾ ਪਹਿਲਾਂ ਬਿਜ਼ਨਸ ਰਨ ਕਰ ਰਿਹਾ ਸੀ ਉਹਦਾ ਥੋੜਾ ਬਹੁਤਾ ਵੀ ਨਾਮ ਸੀ ਤੇ ਮੈਂ ਹਲੇ ਨਵਾਂ ਆ ਨਵੇਂ ਦੇ ਉੱਤੇ ਕੋਈ ਜ਼ਿਆਦਾ ਵਿਸ਼ਵਾਸ ਨਹੀਂ ਕਰਦਾ ਤਾਂ ਉਹ ਕੀ ਕਰੇਗਾ ਵੀ ਨੇਚਰ ਆਫ ਆਨ ਬਿਜ਼ਨਸ ਅਕੋਰਡਿੰਗ ਉਹ ਆਪਣੀ ਜੇਕਰ ਉਹਨੂੰ ਲੱਗਿਆ ਵੀ ਮੈਨੂੰ ਗੁੱਡਵਿਲ ਖਰੀਦਣੀ ਚਾਹੀਦੀ ਤਾਂ ਉਹ ਖਰੀਦੇਗਾ ਅਦਰਵਾਈਜ਼ ਨਹੀਂ ਕਰੇਗਾ ਦੂਜਾ ਹੈ ਕੈਪੀਟਲ ਰਿਕੁਆਇਰਮੈਂਟ ਹੁਣ ਕਿ ਕਿਹੜੀ ਵਾਰ ਕੀ ਹੁੰਦਾ ਵਾ ਉਹ ਕੀ ਹੁੰਦੀ ਆ ਡਿਪੈਂਡ ਕਰਦੀ ਹੁੰਦੀ ਆ ਕੈਪੀਟਲ ਰਿਕੁਆਇਰਮੈਂਟ ਦੇ ਉੱਤੇ ਕਿਉਂਕਿ ਹੁਣ ਮੰਨ ਲਓ ਵੀ ਜੇਕਰ ਮੈਨੂੰ ਕੈਪੀਟਲ ਹੋਰ ਵੀ ਜ਼ਿਆਦਾ ਲੋਡ ਪਈ ਜੇਕਰ ਮੈਂ ਨਾਮ ਕਿਸੇ ਬੰਦੇ ਦਾ ਪੁਰਾਣੇ ਦਾ ਲਿਆ ਹੋਇਆ ਜਿਹਦਾ ਮਾਰਕੀਟ ਦੇ ਵਿੱਚ ਬਹੁਤ ਵਧੀਆ ਨਾਮ ਚੱਲ ਰਿਹਾ ਤਾਂ ਮੈਂ इजीली ਆਪਣੀ ਜਿਹੜੀ ਕੈਪੀਟਲ ਆ ਉਹ ਮਾਰਕੀਟ ਦੇ ਵਿੱਚੋਂ ਰਾਈਜ਼ ਕਰ ਸਕਦਾ ਆ ਯਾਨੀ ਕਿ ਮਾਰਕੀਟ 'ਚ ਉਹਦਾ ਲੈ ਸਕਦਾ ਹਾਂ ਉਹਦੇ ਨਾਮ ਦੇ ਉੱਤੇ ਬਟ ਜੇਕਰ ਮੈਂ ਨਵਾਂ ਆ ਤੇ ਮੇਰੇ ਉੱਤੇ ਕੋਈ ਵੀ ਵਿਸ਼ਵਾਸ ਨਹੀਂ ਕਰੂਗਾ ਕਿਉਂਕਿ ਨਵੀਂ ਕੰਪਨੀ ਦੇ ਉੱਤੇ ਕੋਈ ਜ਼ਿਆਦਾ ਵਿਸ਼ਵਾਸ ਨਹੀਂ ਕਰਦਾ ਹੁੰਦਾ ਤਾਂ ਕਰਕੇ ਉਹਨੂੰ ਜਿਹੜੀ ਕੈਪੀਟਲ ਮੋਨੋਪੋਲਾਈਜ਼ਡ ਬਿਜ਼ਨਸ ਕੁਛ ਅਜਿਹੇ ਬਿਨਸ ਜਿਹਦੇ ਵਿੱਚ ਕੀ ਆ ਮੋਨੋਪਲੀ ਬਣੀ ਹੋਵੇ ਉਹਨਾਂ ਦੀ ਜਾਨਕੀ ਸਿਰਫ ਉਹੀ ਯੂਜ਼ਰ ਹੋਵੇ ਹੋਰ ਕੋਈ ਹੋਵੇ ਨਾ ਜਿਵੇਂ ਫੋਰ ਐਗਜ਼ਾਮਪਲ ਪਿੱਛੇ ਜਿਹੜੇ ਜਿਹੜੇ ਐਂਡਰੋਇਡ ਤੋਂ ਬਿਨਾ ਜਾਨਕੀ ਆਈਐਸਓ ਦੇ ਵਿੱਚ ਜਿਹੜੀ ਮੋਨੋਪਲੀ ਆ ਉਹ ਕੀ ਦੀ ਆ ਆਈਐਸ ਆਈਓਐਸ ਆਈਓਐਸ ਦੇ ਵਿੱਚ ਜਿਹੜੀ ਮੋਨੋਪਲੀ ਆ ਉਹ ਕੀ ਦੀ ਆ ਆਈਫੋਨ ਦੀ ਆ ਤਾਂ ਇੱਕ ਮੋਨੋਪਲੀ ਆ ਜੇਕਰ ਇਹ ਕੰਪਨੀ ਵਿਚੂਗੀ ਵਿਕੂਗੀ ਤਾਂ ਜਿਹੜਾ ਵੀ ਬਸਨ ਉਹਨੂੰ ਖਰੀਦੂਗਾ ਤਾਂ ਉਹਦਾ ਨਾਮ ਵੀ ਖਰੀਦੂਗਾ ਕਿਉਂਕਿ ਇਹਦਾ ਨਾਮ ਦਾ ਜਿਹੜਾ ਬ੍ਰਾਂਡ ਆ ਉਹ ਚੱਲਦਾ ਆ ਰਿਹਾ ਤੇ ਉਹਦੇ ਅਕੋਰਡਿੰਗ ਹੀ ਜਿਹੜਾ ਬੰਦਾ ਵਾ ਉਹ ਆਪਣਾ ਬਿਨੈਸ ਜਿਹੜਾ ਵਾ ਉਹ ਰਨ ਕਰ ਸਕਦਾ ਵਾ ਜੇਕਰ ਉਹਨੇ ਰਨ ਕਰਨਾ ਵਾ ਤਾਂ ਕਰਕੇ ਉਹਨੂੰ ਕੀ ਆ ਉਹਦੀ ਗੁੱਡਵਿਲ ਜਿਹੜੀ ਆ ਉਹ ਖਰੀਦਣੀ ਪਊਗੀ ਸਕਿੱਲ ਮੈਨੇਜਮੈਂਟ ਜੇਕਰ ਹੁਣ ਉਹਨਾਂ ਨੇ ਮੈਨੇਜਮੈਂਟ ਵਧਿਆ ਕਰਨੀ ਆ ਤਾਂ ਉਹਨਾਂ ਨੂੰ ਗੁੱਡਵਿਲ ਵੀ ਹੋਣੀ ਬਹੁਤ ਜ਼ਰੂਰੀ ਆ ਉਹਨਾਂ ਨੇਮ ਫਰੇਮ ਬਣਿਆ ਹੋਣਾ ਚਾਹੀਦਾ ਜਿਸ ਦੇ ਨਾਲ ਕੀ ਆ ਲੋਕ ਉਹਨੂੰ ਜਾਣਨ ਤੇ ਉਹਦੇ ਕੰਮ ਨੂੰ ਵੀ ਪਛਾਣਨ ਉਸ ਤੋਂ ਬਾਅਦ ਹੈ ਗਵਰਨਮੈਂਟ ਪ੍ਰਟੈਂਜੀ ਚ ਜੇ ਜਿਵੇਂ ਹੁਣ ਗਵਰਨਮੈਂਟ ਦੇ ਅਗੇਂਸਟ ਯਾਨਕੀ ਗਵਰਨਮੈਂਟ ਨੇ ਕੋਈ ਵੀ ਰੂਲ ਰੈਗੂਲੇਸ਼ਨਸ ਜਾਂ ਕੁਝ ਵੀ ਕਰਨੀਆਂ ਨੇ ਤਾਂ ਅਸੀਂ ਜੇਕਰ ਪੁਰਾਣੇ ਨਾਮ ਦੇ ਨਾਲ ਚੱਲੀ ਜਾਵਾਂਗੇ ਤਾਂ ਸਾਨੂੰ ਖਰਚਾ ਨਮਾ ਕਰਨ ਦੀ ਲੋੜ ਨਹੀਂ ਵੀ ਸਾਨੂੰ ਮੈਨੂੰ ਨਵਾਂ ਨਾਮ ਰਜਿਸਟਰ ਕਰਾਉਣ ਦੀ ਲੋੜ ਨਹੀਂ ਜਾਂ ਮੈਨੂੰ ਹੋਰ ਕੋਈ ਫਾਰਮੈਲਿਟੀਆਂ ਪੂਰੀ ਕਰਨ ਦੀ ਲੋੜ ਨਹੀਂ ਮੈਂ ਈਜ਼ੀਲੀ ਹੀ ਆਪਣਾ ਜਿਹੜਾ ਵਿਨਰਸ ਆ ਉਹ ਉਸੇ ਵੈਲਿਊ ਦੇ ਉੱਤੇ ਰਨ ਕਰ ਸਕਦਾ ਹਾਂ ਉਸ ਤੋਂ ਬਾਅਦ ਹੈ ਲੋਕੇਸ਼ਨ ਫੈਕਟਰ ਹੁਣ ਗੁੱਡਵਿਲ ਜਿਹੜੀ ਆ ਉਹ ਸਭ ਤੋਂ ਜ਼ਿਆਦਾ ਮੈਟਰ ਕਰਦੀ ਹੈ ਲੋਕੇਸ਼ਨ ਫੈਕਟਰ ਦੇ ਉੱਤੇ ਹੁਣ ਜੇਕਰ ਮਾਰਕੀਟ ਦੇ ਵਿੱਚ ਬਹੁਤ ਸਾਰੇ ਐਨ ਨੰਬਰ ਆਫ ਜਿਹੜੇ ਪ੍ਰ ਜਾ ਤਾਂ ਮੈਨੂੰ ਕਿਸੇ ਪੁਰਾਣੇ ਬੰਦੇ ਦੀ ਗੁੱਡਵਿਲ ਲੈਣੀ ਪਊ ਜਾਂ ਮੈਨੂੰ ਉਹਦੀ ਹੈਲਪ ਲੈਣੀ ਪਊ ਜਾਂ ਮੈਨੂੰ ਉਹਦੇ ਨਾਲ ਪਾਰਟਨਰ ਬਣਨਾ ਪਊ ਬਟ ਜੇਕਰ ਉੱਥੇ ਲੋਕੇਸ਼ਨ ਕੀ ਆ ਸਿੰਗਲ ਪਰਸਨ ਆ ਟਮੇਟਾ ਮੇਜੇ ਲੋਕ ਨੇ ਤੇ ਮੈਂ ਆਪਣੀ ਗੁੱਡਵਿਲ ਬਣਾਉਣੀ ਆ ਤਾਂ ਮੈਂ ਆਪਣਾ ਚਾਹੇ ਆਪਣਾ ਨਵਾਂ ਨਾਮ ਲੈ ਕੇ ਵੀ ਚਲਾ ਜਾਵਾਂ ਤਾਂ ਵੀ ਜਿਹੜੀ ਮੇਰੀ ਐਗਜ਼ਿਸਟੈਂਸ ਆ ਉੱਥੇ ਐਗਜ਼ਿਸਟ ਕਰੂਗੀ ਤਾਂ ਇਹ ਵੀ ਮੈਟਰ ਕਰਦਾ ਵਾ ਉਸ ਤੋਂ ਬਾਅਦ ਹੈ ਟ੍ਰੇਡ ਨੇਮ ਉਹ ਕਿਹ ਕਿਹ ਵਾਰ ਹੁੰਦਾ ਵੀ ਜਿਹੜਾ ਬਿジネス ਜਿਹੜਾ ਮੈਂ ਸ਼ੁਰੂ ਕੀਤਾ ਉਹਦੇ ਨਾਲ ਦੇ ਬਹੁਤ ਸਾਰੇ ਬੰਦੇ ਨੇ ਤਾਂ ਮੈਨੂੰ ਇੱਕ ਟ੍ਰੇਡ ਨੇਮ ਦੇਣਾ ਪੈਣਾ ਯਾਨੀ ਕਿ ਕੁਛ ਅਜਿਹੀ ਯੂਨਿਕਨੈਸ ਦੇਣੀ ਪੈਣੀ ਆ ਜਿਹਦੇ ਕਰਕੇ ਲੋਕ ਵੀ ਜਿਹੜੇ ਨੇ ਮੇਰੇ ਪ੍ਰੋਡਕਟ ਕਰਨੀ ਆਉਣ ਜੇਕਰ ਉਹਨਾਂ ਨੂੰ ਪਤਾ ਹੋਵੇ ਮੇਰਾ ਪ੍ਰੋਡਕਟ ਵਧੀਆ ਵਾ ਤਾਂ ਉਹ ਮੇਰੇ ਕੋਲ ਹੀ ਆਉਣ ਨਾ ਕਿ ਕਿਸੇ ਹੋਰ ਕੋਲ ਚਲੇ ਜਾਣ ਤਾਂ ਉੱਥੇ ਗੁੱਡਵਿਲ ਜਿਹੜੀ ਆ ਇੱਕ ਇੰਪੋਰਟੈਂਟ ਰੋਲ ਪਲੇ ਕਰ ਦਿੰਦੀ ਆ ਉਸ ਤੋਂ ਬਾਅਦ ਹੈ ਅਪੈਂਡਿੰਗ ਕੰਟਰੈਕਟ ਜਿਵੇਂ ਸਾਡੇ ਕੋਈ ਵੀ ਕੰਟਰੈਕਟ ਰਹਿ ਜਾਂਦੇ ਹੁੰਦੇ ਆ ਜਾਂ ਅਸੀਂ ਉਹਨੂੰ ਕੀ ਆ ਹਲੇ ਪੂਰਾ ਨਹੀਂ ਕਰ ਪਾਉਂਦੇ ਹੈਗੇ ਉਹ ਡਿਪੈਂਡ ਕਰਦੀ ਜੇਕਰ ਮੇਰਾ ਨਾਮ ਹੀ ਨਹੀਂ ਬਣਿਆ ਹੋਣਾ ਤਾਂ ਕੋਈ ਪਰਸਨ ਮੇਰੇ ਨਾਲ ਕੰਟ੍ਰੈਕਟ ਨਹੀਂ ਕਰੂਗਾ ਤੇ ਉਹ ਹਮੇਸ਼ਾ ਮੇਰੇ ਜਿਹੜੇ ਪੈਸੇ ਆਉਣਗੇ ਉਹ ਐਡਵਾਂਸ ਹੀ ਲੈਣਗੇ ਉਸ ਤੋਂ ਬਾਅਦ ਹੈ ਮੋਨੋਪੋਲਾਈਜ਼ਡ ਬਿਜ਼ਨਸ ਕੋਈ ਅਜਿਹਾ ਬਿਜ਼ਨਸ ਜਿੱਦੇ ਵਿੱਚ ਕੀ ਆ ਪੂਰੀ ਤਰ੍ਹਾਂ ਮੋਨੋਪੋਲੀ ਕ੍ਰੀਏਟ ਕੀਤੀ ਗਈ ਹੋਵੇ ਵੀ ਹਰੇਕ ਬੰਦਾ ਕੀ ਇੱਕ ਦੂਜੇ ਨਾਲ ਜੁੜਿਆ ਹੋਇਆ ਹੋਵੇ ਤੇ ਹਰੇਕ ਟਿੱਕੇ ਨਾਲ ਉਹ ਬਿਜ਼ਨਸ ਜਿਹੜਾ ਉਹ ਰਨ ਕਰਦਾ ਹੋਵੇ ਤੇ ਆਪਣਾ ਨਾਮ ਜਿਹੜਾ ਉਹ ਬਣਾਉਣਾ ਚਾਹੁੰਦਾ ਹੋਵੇ ਇਕੱਲੇ ਦਾ ਤਾਂ ਉਹਦੇ ਲਈ ਵੀ ਗੁੱਡਵਿਲ ਜਿਹੜੀ ਉਹ ਮੈਟਰ ਕਰਦੀ ਹੈ ਲਾਸਟ ਹੈਗਾ ਸੈਕੰਡ ਹੈਗਾ ਵਾ ਸੈਕਿੰਡ ਲਾਸਟ ਜਿਹੜਾ ਹੈ ਉਹ ਹੈ ਫਿਊਚਰ ਕੰਪੀਟੀਸ਼ਨ ਵੀ ਜਿਵੇਂ ਹੁਣ ਮੰਨ ਲਓ ਵੀ ਮੈਂ ਫਿਊਚਰ ਦੇ ਵਿੱਚ ਇੱਕ ਕੰਪੀਟੀਸ਼ਨ ਬਣਾਉਣਾ ਵਾ ਆਪਣਾ ਨਾਮ ਜਿਹੜਾ ਵਾ ਅਜਿਹੀ ਕੈਟਾਗਰੀ ਦੇ ਵਿੱਚ ਲੈ ਕੇ ਜਾਣਾ ਵਾ ਜਿਹਦੇ ਨਾਲ ਕੀ ਹੈ ਮੈਂ ਦੂਸਰੇ ਪਰਸਨ ਨੂੰ ਵੀ ਕੰਪੀਟ ਕਰ ਸਕਾਂ ਤਾਂ ਉਹਦੇ ਲਈ ਵੀ ਯੂਸਫੁਲ ਆ ਗੁੱਡਵਿਲ ਵੀ ਜੇਕਰ ਮੈਨੂੰ ਆਪਣਾ ਲੱਗੇ ਵੀ ਹਾਂ ਮੈਂ ਆਪਣਾ ਨਾਮ ਬਣਾ ਲਿਆ ਤੇ ਹੁਣ ਮੈਂ ਫਿਊਚਰ ਦੇ ਵਿੱਚ ਜੇਕਰ ਕੋਈ ਵੀ ਕੰਪਨੀ ਮੇਰੇ ਨਾਲ ਕੰਪੀਟ ਕਰੂਗੀ ਤਾਂ ਮੇਰਾ ਨਾਮ ਵੀ ਉੱਥੇ ਐਗਜ਼ਿਸਟ ਕਰਦਾ ਹੋਊਗਾ ਤਾਂ ਇਸ ਚੀਜ਼ ਦੇ ਲਈ ਵੀ ਗੁੱਡਵਿਲ ਜਿਹੜੀ ਉਹ ਇੰਪੋਰਟੈਂਟ ਹੁੰਦੀ ਆ ਰਿਸਕ ਇਨਵੋਲਵਮੈਂਟ ਵੀ ਹੁ ਉਹਦੇ ਵਿੱਚ ਰਿਸਕ ਵੀ ਬਹੁਤ ਜ਼ਿਆਦਾ ਹੁੰਦਾ ਵੀ ਕਿਉਂਕਿ ਜੇ ਨਵੀਂ ਕੰਪਨੀ ਆ ਜੇਕਰ ਉਹਨੂੰ ਘਾਟਾ-ਕੂਟਾ ਪੈ ਗਿਆ ਤਾਂ ਉਹਨੂੰ ਕੋਈ ਵੀ ਫੁੱਲਫਿਲ ਨਹੀਂ ਕਰ ਸਕਦਾ ਤਾਂ ਕਰਕੇ ਜਿਹੜਾ ਰਿਸਕ ਹੁੰਦਾ ਕਿਸੇ ਚੀਜ਼ ਨੂੰ ਗੁੱਡਵਿਲ ਤੋਂ ਬਣਾਉਣ ਦਾ ਉਹ ਵੀ ਬਹੁਤ ਜ਼ਿਆਦਾ ਹੁੰਦਾ ਐਕਸਟਰੋਸ਼ਨਸ ਕੰਟਰੈਕਟ ਵੀ ਕੁਝ ਅਜਿਹੇ ਕੰਟਰੈਕਟ ਜਿਹੜੇ ਐਕਸੈਪਸ਼ਨਸ ਹੁੰਦੇ ਆ ਵੀ ਜਿਨ੍ਹਾਂ ਨੂੰ ਕਰਨਾ ਨਾ ਕਰਨਾ ਸਾਡੇ ਹੱਥ ਦੇ ਵਿੱਚ ਹੁੰਦਾ ਬਟ ਜੇਕਰ ਅਸੀਂ ਆਪਣਾ ਨਾਮ ਬਣਾਉਣਾ ਹੋਵੇ ਤਾਂ ਸਾਨੂੰ ਇਹੋ ਜਿਹੇ ਕੰਟਰੈਕਟ ਜਾਂ ਘਾਟੇ ਵੀ ਚੱਲਣੇ ਪੈਂਦੇ ਆ ਤਾਂ ਜੋ ਕੀ ਆ ਵੀ ਸਾਡਾ ਇੱਕ ਨਾਮ ਜਿਹੜਾ ਵਾ ਮਾਰਕੀਟ ਦੇ ਵਿੱਚ ਬਣਿਆ ਰਹੇ ਜਿਵੇਂ ਫੋਰ ਐਗਜ਼ਾਮਪਲ ਪਿਛਾ ਪਿਛੇ ਜਿਹੜਾ ਲਾਕਡਾਊਨ ਲੱਗਿਆ ਤਾਂ ਉਹਦੇ ਵਿੱਚ ਇੱਕ ਇਸ਼ੂ ਉਠਿਆ ਕਿ ਇਹਦੇ ਵਿੱਚ ਲੈਡ ਆ ਰਿਹਾ ਵਾ ਜਿਹਦੇ ਕਰਕੇ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਬਿਮਾਰ ਪੈ ਰਹੇ ਨੇ ਤਾਂ ਉਹਨਾਂ ਨੇ ਆਪਣੀ ਮੈਗੀ ਸਾਰੀ ਆ ਉਹ ਕੀ ਆ ਵਾਪਸ ਕੱਢ ਲਈ ਸੀ ਮਾਰਕੀਟ ਦੇ ਵਿੱਚੋਂ ਤੇ ਬਾਅਦ ਵਿੱਚ ਜ਼ਿਆਦਾ ਪ੍ਰਾਈਸ ਦੇ ਉੱਤੇ ਉਹਨੂੰ ਵੇਚਦਾ ਕਿਉਂ ਕਿ ਉਹਨਾਂ ਨੇ ਕੀ ਆ ਇਹ ਚੀਜ਼ ਸ਼ੋਅ ਕੀਤੀ ਵੀ ਉਹਦੇ ਵਿੱਚ ਪ੍ਰੋਬਲਮ ਸਿਰਫ ਸਾਡੇ ਵੱਲੋਂ ਨਹੀਂ ਸੀ ਕਿਤੇ ਇੱਕ ਪ੍ਰੋਡਕਸ਼ਨ ਦੇ ਵਿੱਚ ਜਾਂ ਕਿਸੇ ਚੀਜ਼ ਦੇ ਕਰਕੇ ਹੋ ਗਿਆ ਸੀ ਤਾਂ ਉਹਨਾਂ ਨੇ ਆਪਣਾ ਨਾਮ ਨਾ ਖਰਾਬ ਕਰ ਕਰਨਗੇ ਜਿਹੜੀ ਮੈਗੀ ਜੋ 15 ਰੁਪਏ ਦੀ ਮਿਲਦੀ ਸੀ ਉਹ 20 ਰੁਪਏ ਦੀ ਕਰਤੀ ਜਿਨੇ ਖਾਣੀ ਹੋਊਗੀ ਮੇਰੀ 20 ਰੁਪਏ ਦੀ ਵੀ ਲਊਗਾ ਕਿਉਂਕਿ ਮੇਰਾ ਨਾਮ ਆ ਮੈਂ ਜੋ ਉਹਦੇ ਪ੍ਰਾਈਸ ਘਟਾਤਾ ਤਾਂ ਅਗਲੇ ਨੂੰ ਇਹ ਲੱਗੂਗਾ ਜੋ ਵਿਸ਼ਵਾਸ ਨਹੀਂ ਕਰਨਗੇ ਵੀ ਇਹ ਕੀ ਆ ਘਟੀਆਂ ਮਾਲ ਇਹਨਾਂ ਨੇ ਯੂਜ਼ ਕੀਤਾ ਹੀ ਤਾਂ ਹੀ ਇਹਨਾਂ ਨੇ ਪ੍ਰਾਈਸ ਘਟਾ ਕੇ ਆਪਣਾ ਮਾਰਕੀਟ ਦੇ ਵਿੱਚ ਨਾਮ ਬਣਾਉਣਾ ਚਾਹੁੰਦੇ ਆ ਬਟ ਉਹਦੇ ਉਲਟ ਉਹਨਾਂ ਨੇ ਕੀ ਕੀਤਾ ਪ੍ਰਾਈਸ ਵਧਾਤਾ ਤਾਂ ਜੋ ਕੀ ਆ ਵੀ ਜੋ ਲੋਕਾਂ ਨੂੰ ਜਿਨ੍ਹਾਂ ਨੂੰ ਵਿਸ਼ਵਾਸ ਹੋਊ ਜ਼ਰੂਰ ਖੇਡਣਗੇ ਫਿਰ ਹੁਣ ਵੀ ਅੱਜ ਵੀ ਜਿਹੜੀ ਮੈਗੀ ਆ ਉਹ ਮਾਰਕੀਟ ਦੇ ਵਿੱਚ ਜਿਹੜੀ ਆ ਐਗਜ਼ਿਸਟ ਕਰਦੀ ਆ ਤੇ ਹਰ ਇੱਕ ਪਰਸਨ ਜਿਹੜਾ ਵਾ ਉਹ ਮੈਗੀ ਖਾਂਦਾ ਹੀ ਖਾਂਦਾ ਵਾ ਉਸ ਤੋਂ ਬਾਅਦ ਹੈ ਕਲਾਸੀਫਿਕੇਸ਼ਨ ਆਫ ਦੀਆ ਗੁੱਡਵਿਲ ਗੁੱਡਵਿਲ ਨੂੰ ਕਈ ਤਰੀਕੇ ਨਾਲ ਵੰਡਿਆ ਜਾਂਦਾ ਵਾ ਦੇਖੋ ਇੱਕ ਹੁੰਦੀ ਹੈ ਪਰਚੇਸਡ ਗੁੱਡਵਿਲ ਇੱਕ ਹੁੰਦੀ ਹੈ ਸੈਲਫ ਜਨਰੇਟਿਡ ਹੁਣ ਦੇਖੋ ਪਰਚੇਸਡ ਗੁੱਡਵਿਲ ਕੀ ਹੁੰਦੀ ਹੈ ਜਿਵੇਂ ਵੀ ਕੋਈ ਅਜਿਹਾ ਬਿਨਸਸ ਜਿਵੇਂ ਮੈਂ ਹੁਣ ਬਿਨਸਸ ਚਲਾ ਰਿਹਾ ਸੀ ਮੈਨੂੰ ਹੁਣ ਲੱਗਿਆ ਵੀ ਭਾਈ ਮੈਨੂੰ ਆਹ ਬਿਨਸਸ ਨਹੀਂ ਕਿਸੇ ਹੋਰ ਬੰਦਾ ਜਿਹੜਾ ਵੇਚ ਰਿਹਾ ਵਾ ਉਹਦੇ ਨਾਮ ਸਮੇਤ ਉਹਦਾ ਬਿਨਸਸ ਖਰੀਦਣਾ ਵਾ ਤਾਂ ਉਹਨੂੰ ਅਸੀਂ ਕੀ ਕਹਿੰਦੇ ਆ ਪਰਚੇਸਡ ਗੁੱਡਵਿਲ ਯਾਨੀ ਕਿ ਕਿਸੇ ਦੀ ਬਣੀ ਬਣਾਈ ਦੁਕਾਨ ਦੇ ਵਿੱਚ ਜਾ ਕੇ ਅਸੀਂ ਬੈਠ ਕੇ ਤੇ ਉਹਦਾ ਨਾਮ ਯੂਜ਼ ਕਰਕੇ ਆਪਣਾ ਬਿਨਸਸ ਚਲਾ ਰਹੇ ਹਾਂ ਉਹਨੂੰ ਅਸੀਂ ਕਹਿੰਦੇ ਆ ਪਰਚੇਸਡ ਗੁੱਡਵਿਲ ਇਹ ਹੁੰਦੀ ਆ ਅਕਾਊਂਟਿੰਗ ਕਲਾਸੀਫਿਕੇਸ਼ਨ ਇੱਕ ਹੁੰਦੀ ਆ ਜੀਓਲੋਜੀਕਲ ਕਲਾਸੀਫਿਕੇਸ਼ਨ ਉਹ ਡਿਫਰੈਂਟ ਹੁੰਦੀ ਆ ਉਸ ਤੋਂ ਬਾਅਦ ਹੁੰਦੀ ਆ ਸੈਲਫ ਜਨਰੇਟਡ ਗੁੱਡਵਿਲ ਉਹ ਗੁੱਡਵਿਲ ਜਿਹੜੀ ਕਿ ਅਸੀਂ ਆਪ ਜਨਰੇਟ ਕਰਦੇ ਹਾਂ ਕਿਤੇ ਪਰਚੇਸ ਨਹੀਂ ਕਰਦੇ ਸਗੋਂ ਆਪਣੀ ਬੇਸ ਦੇ ਉੱਤੇ ਇੱਕ ਚੀਜ਼ ਨੂੰ ਕ੍ਰੀਏਟ ਕਰਦੇ ਆ ਤੇ ਆਪਣਾ ਨਾਮ ਬਣਾਉਂਦੇ ਆ ਤਾਂ ਉਹਨੂੰ ਅਸੀਂ ਕਹਿੰਦੇ ਆ ਸੈਲਫ ਜਨਰੇਟਡ ਗੁੱਡਵਿਲ ਕਹਿ ਦਿੰਦੇ ਆ ਉਸ ਤੋਂ ਬਾਅਦ ਜਿਹੜੀ ਜੀਓਲੋਜੀਕਲ ਹੁੰਦੀ ਆ ਇਹਨੂੰ ਡਿ ਡੌਗ ਗੁੱਡਵਿਲ ਇਹ ਕੀ ਹੁੰਦੀ ਹੈ ਇੱਕ ਫੇਥ ਦੇ ਉੱਤੇ ਬੇਸਡ ਹੁੰਦੀ ਆ ਵੀ ਇੱਕ ਪਰਸਨ ਜਿਹੜਾ ਵਾ ਇੱਕ ਇੰਨਾ ਵਧੀਆ ਫੇਥ ਕ੍ਰੀਏਟ ਕਰ ਲੈਂਦਾ ਮਾਰਕੀਟ ਦੇ ਵਿੱਚ ਤੇ ਆਪਣਾ ਨਾਮ ਜਿਹੜਾ ਵਾ ਉਹ ਕ੍ਰੀਏਟ ਕਰ ਲੈਂਦਾ ਤਾਂ ਉਹਨੂੰ ਅਸੀਂ ਇਹ ਕਹਿੰਨੇ ਆ ਡੌਗ ਗੁੱਡਵਿਲ ਕਿਉਂਕਿ ਡੌਗ ਜਿਹੜਾ ਵਾ ਇੱਕ ਫੇਥਫੁਲ ਆ ਤੇ ਇਸ ਕਰਕੇ ਰੱਖਿਆ ਜਾ ਸਕਦਾ ਵਾ ਉਸ ਤੋਂ ਬਾਅਦ ਹੈ ਕੈਟ ਕੈਟ ਜਿਹੜੀ ਹੁੰਦੀ ਆ ਉਹ ਡਿਪੈਂਡ ਕਰਦੀ ਹੁੰਦੀ ਆ ਜਿਵੇਂ ਚਲਾਕੀ ਦੇ ਨਾਲ ਵੀ ਜਿਹੜੀ ਕੈਟਸ ਹੁੰਦੀਆਂ ਨੇ ਵੀ ਅਸੀਂ ਇਹ ਦੇਖਣਾ ਵੀ ਜੇਕਰ ਮੇਰੀ ਇੱਥੇ ਗੁੱਡਵਿਲ ਬਣ ਰਹੀ ਆ ਯਾਨੀ ਕਿ ਇੱਥੇ ਮੇਰਾ ਨਾਮ ਚੱਲ ਰਿਹਾ ਵਾ ਤਾਂ ਮੈਂ ਇੱਥੇ ਬੀਨਸ ਕਰਾਂ ਜੇਕਰ ਮੇਰਾ ਇੱਥੇ ਨਾਮ ਨਹੀਂ ਚੱਲੂਗਾ ਜਾਂ ਫਿਰ ਮੈਨੂੰ ਕੋਈ ਵੀ ਪ੍ਰੋਬਲਮ ਹੋਊਗੀ ਤਾਂ ਮੈਂ ਉਹ ਲੈਫਟ ਕਰਕੇ ਕਿਤੇ ਹੋਰ ਚਲਾ ਜਾਊਂਗਾ ਤੇ ਉੱਥੇ ਆਪਣਾ ਨਾਮ ਜਿਹੜਾ ਟਰਾਈ ਕਰੂੰਗਾ ਇਹਨੂੰ ਅਸੀਂ ਕਹਿੰਦੇ ਹਾਂ ਕੈਟ ਗੁੱਡਵਿਲ ਵੀ ਜਿਹਦੇ ਵਿੱਚ ਕੀ ਆ ਅਸੀਂ ਸਿਚੁਏਸ਼ਨ ਦੇਖ ਕੇ ਆਪਣੇ ਆਪ ਨੂੰ ਚੇਂਜ ਕਰਦੇ ਰਹਨੇ ਆ ਰੈਟ ਰੈਟ ਦੇ ਵਿੱਚ ਹੁੰਦਾ ਵਾ ਮਿਹਨਤ ਕਰਨੀ ਵੀ ਯਾਨੀ ਕਿ ਆਪਣੇ ਆਪ ਹੀ ਜਿਹੜੀ ਗੁੱਡਵਿਲ ਆ ਉੱਥੇ ਰਹਿ ਕੇ ਆਪਣੇ ਆਪ ਬਹੁਤ ਮਿਹਨਤ ਕਰਕੇ ਫਿਰ ਆਪਣਾ ਜਿਹੜਾ ਬੀਨਸ ਉਹਨੂੰ ਸੈਟਅਪ ਕਰਨਾ ਤੇ ਆਪਣਾ ਨਾਮ ਜਿਹੜਾ ਵਾ ਬਣਾਉਣਾ ਉਹਨੂੰ ਅਸੀਂ ਰੈਟ ਗੁੱਡਵਿਲ ਕਹਿ ਦਿੰਨੇ ਆ rabbit goodwill ਜਿਹਦੇ ਵਿੱਚ ਤੇਜ਼ੀ ਨਾਲ ਆਪਣੀ ਗੁਡਵਿਲ ਬਣਾਉਣੀ ਹਰੇਕ ਕਿਤੇ ਟਰਾਈ ਕਰਨਾ ਵੀ ਮੈਂ ਹਰੇਕ ਕਿਤੇ ਆਪਣਾ ਜਿਹੜਾ ਨਾਮ ਆਉ ਚਲਾ ਸਕਾਂ ਤਾਂ ਉਹਨੂੰ rabbit goodwill ਕਿਹਾ ਜਾਂਦਾ ਜਿਵੇਂ ਫਾਰ ਇਗਜ਼ਾਮਪਲ Jio ਇਹੋ ਜਿਹਾ ਪਲਾਨ ਲੈ ਕੇ ਆਈ ਵੀ ਜਿਹੜਾ ਪੂਰੇ ਪੂਰੇ ਇੰਡੀਆ ਦੇ ਵਿੱਚ ਆ ਗਈ ਤੇ ਬਾਅਦ ਵਿੱਚ ਹੁਣ Jio Jio ਜਿਹੜੇ ਸੀਗੇ ਕੁਝ ਕ ਟਾਈਮ ਤੱਕ ਜਿਹੜੇ Jio ਦੇ SIM ਸੀਗੇ ਉਹ ਵਿਕਣੋ ਵੀ हट ਗਏ ਯਾਨੀ ਕਿ ਆਨਲਾਈਨ ਵਿਕਰੀ ਹੋ ਰਹੀ ਸੀ ਉਹ ਵੀ ਬਹੁਤ ਡਿਲੇ ਹੋ ਰਿਹਾ ਸੀ ਬਹੁਤ ਸਾਰਾ ਇਹਨਾਂ ਨੇ ਇੱਕ ਤਰ੍ਹਾਂ ਦਾ ਮਾਰਕੀਟ ਵਿੱਚ ਹੌਟਪੌਚ ਕਰ ਦਿੱਤਾ ਜਦੋਂ ਇਹ ਲਾਂਚ ਹੀ ਹੋਈ ਆ ਤਾਂ ਉਹ ਰੈਬਿਟ ਗੁੱਡਵਿਲ ਸੀ ਜਿਨੇ ਉਹਨੇ ਪੂਰੇ ਵਰਲਡ ਜਾਂ ਪੂਰੇ ਇੰਡੀਆ ਨੂੰ ਕੈਪਚਰ ਕਰ ਲਿਆ ਸੀ ਬਾਅਦ ਵਿੱਚ ਫਿਰ ਉਹਨੂੰ ਆਪਣੇ ਅਕੋਰਡਿੰਗ ਜਿਹੜਾ ਵਾ business ਜਿਹੜਾ ਉਹ ਸੈਟਅਪ ਕਰਨਾ ਪਿਆ ਉਸ ਤੋਂ ਬਾਅਦ ਹੈ ਵੈਲਿਊਏਸ਼ਨ ਗੁੱਡਵਿਲ ਯਾਨੀ ਕਿ ਇਹ ਸਾਡਾ ਕੀ ਆ ਕੁਐਸਚਨਸ ਬਣਦੇ ਆ ਜਿਹੜੇ ਕਿ ਇਹਦੇ ਨਿਊਮੈਰਿਕਸ ਪੜਨਗੇ ਉਹਦੇ ਬੇਸ ਤੇ ਉੱਤੇ ਆ ਦੇਖੋ ਕੈਪਟਲਾਈਜ਼ਡ ਮੈਥਡ ਹੋਏਗਾ ਜਿਹਦੇ ਵਿੱਚ ਅਸੀਂ キャピタル ਦੇ ਅਕੋਰਡਿੰਗ ਜਿਹੜੀ ਗੁੱਡਵਿਲ ਉਹਨੂੰ ਜਾਂਚ ਕਰਾਂਗੇ ਜਿਵੇਂ ਅੱਗੇ ਹੈਗਾ ਵਾ ਪ੍ਰਾਈਜ਼ਡ ਪਰਚੇਸ ਆਫ ਟੂ ਦੀ ਵੇਟਡ ਐਵਰੇਜ ਮੈਥਡ ਜਿਹਦੇ ਵਿੱਚ ਅਸੀਂ ਐਵਰੇਜ ਪ੍ਰੋਫਿਟ ਕੱਢ ਕੇ ਜਿਹੜੀ ਆ ਸਾਡੀ ਗੁੱਡਵਿਲ ਦੀ ਵੈਲਿਊਏਸ਼ਨ ਕਰਾਂਗੇ ਫਿਰ ਉਸ ਤੋਂ ਬਾਅਦ ਹੈ ਪ੍ਰੋਫਿਟ ਆਫ ਅ ਐਵਰੇਜ ਪ੍ਰੋਫਿਟ ਮੈਥਡ ਵੀ ਇਹਦੇ ਵਿੱਚ ਐਵਰੇਜ ਪ੍ਰੋਫਿਟ ਮੈਥਡ ਲਾਵਾਂਗੇ ਜਿਹਦੇ ਵਿੱਚ ਐਵਰੇਜ ਜਿਹੜਾ ਪ੍ਰੋਫਿਟ ਆ ਉਹਦੇ ਨਾਲ ਡੀਲ ਕਰਾਂਗੇ ਇਹ ਹੋਏਗਾ ਸੁਪਰ ਪ੍ਰੋਫਿਟ ਗੁੱਡਵਿਲ ਇਹ ਸਾਰੇ ਤੁਹਾਨੂੰ ਮੈਥਡ ਉਦੋਂ ਸਮਝ ਆਉਣਗੇ ਜਦੋਂ ਅਸੀਂ ਇਹਦੇ ਨੰਮੈਰਿਕ ਕਰਾਂਗੇ ਤੇ ਇਹਦੀ ਜਿਹੜੀ ਥੋੜੀ-ਬਹੁਤੀ ਡੈਫੀਨੇਸ਼ਨ ਜਾਂ ਇਹਦੇ ਬਾਰੇ ਅੰਡਰਸਟੈਂਡਿੰਗ ਜਿਹੜੀ ਆ ਉਹ ਮੈਂ ਉਦੋਂ ਹੀ ਦੱਸ ਦੂੰਗਾ ਤੇ ਇਸ ਤੋਂ ਬਾਅਦ ਜਿਵੇਂ ਆ ਮੈਥਡ ਜਿਹੜੇ ਨੇ ਉਹ ਅੱਗੇ ਐਕਸਪਲੇਨ ਕੀਤੇ ਆ ਕੈਟਲਾਈਜ਼ ਕੀਤੇ ਗਏ ਜਿਵੇਂ ਕੈਪਟਲਾਈਜ਼ ਜਿਹੜੇ ਨੇ ਉਹ ਦੋ ਤਰ੍ਹਾਂ ਦੇ ਹੋਣਗੇ ਐਵਰੇਜ ਪ੍ਰੋਫਿਟ ਮੈਥਡ ਸੁਪਰ ਨੋਰਮਲ ਪ੍ਰੋਫਿਟ ਤੇ ਉਸ ਤੋਂ ਬਾਅਦ ਕੈਪਟਲਾਈਜ਼ਡ ਪ੍ਰੋਫਿਟ ਤੇ ਐਕਚੁਅਲ ਕੈਪੀਟਲ এমਪਲੋਇਡ ਇਹ ਮੈਥਡਸ ਹੋਣਗੇ ਜਿਹੜੇ ਕਿ ਸਾਨੂੰ ਨਮੈਰਿਕ ਕਰਨ ਦੇ ਵਿੱਚ ਹੈਲਪ ਕਰਨਗੇ ਨਮੈਰਿਕ ਦੇ ਵਿੱਚ ਇਹਨਾਂ ਦੇ ਫਾਰਮੂਲੇ ਪਲੱਸ ਇਹਨਾਂ ਦੀ ਐਕਸਪਲੇਨੇਸ਼ਨ ਜਿਹੜੀ ਆ ਨੈਕਸਟ ਪਾਰਟ ਦੇ ਵਿੱਚ ਸਮਝਾਉਂਗਾ ਆਈ ਹੋਪ ਤੁਹਾਨੂੰ ਵੀ ਜਿਹੜਾ ਇਹ ਸੈਸ਼ਨ ਆ ਪਸੰਦ ਆਇਆ ਹੋ ਜਿੰਨੀ ਕੀ ਮੈਂ ਤੁਹਾਨੂੰ ਗੱਲ ਸਮਝਾਉਣਾ ਚਾਹੁੰਦਾ ਸੀ ਵੱਡੀਲੀ ਮੀਨ ਬਾਏ ਗੁੱਡਵਿਲ ਫੈਕਟਰ ਇਫੈਕਟਿੰਗ ਟੂ ði ਗੁੱਡਵਿਲਸ ਐਂਡ ਟਾਈਪਸ ਆਫ ਗੁੱਡਵਿਲ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਇਜ਼ੀਲੀ ਸਮਝ ਆ ਚੁੱਕੀਆਂ ਹੋਣਗੇ ਜੇਕਰ ਸਮਝ ਆਈਆਂ ਤਾਂ ਇਹਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਵੱਧ ਤੋਂ ਵੱਧ ਮੇਰੇ YouTube ਚੈਨਲ ਨਾਲ ਜੁੜਨਾ ਤਾਂ ਜੋ ਕੀ ਆ ਤੁਹਾਨੂੰ ਨਵੀਆਂ ਨਵੀਆਂ ਚੀਜ਼ਾਂ ਦੇ ਬਾਰੇ ਜਲਦੀ ਤੋਂ ਜਲਦੀ ਜਿਹੜੀ ਐਕਸਪਲੇਨੇਸ਼ਨ ਉਹ ਮਿਲਦੀ ਰਹੇ ਤੇ ਤੁਸੀਂ ਵੀ ਵਧੀਆ ਢੰਗ ਦੇ ਨਾਲ ਆਪਣੀ ਸਟੱਡੀ ਜਿਹੜੀ ਆ ਉਹ ਲਾਕਡਾਊਨ ਦੇ ਵਿੱਚ ਵੀ ਕਰ ਸਕੋ ਥੈਂਕਸ ਅ ਲੋਟ ਵਾਚ